ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਜੀ ਦਾ ਸਵਾਗਤ ਹੈ ਸੋ ਦੋਸਤੋ ਭਗਵਾਨ ਤੁਮਨ ਜੀ ਨੇ ਆਉਂਦਿਆਂ ਨਹੀਂ ਬਹੁਤ ਵੱਡਾ ਫੈਸਲਾ ਕਰ ਦਿੱਤਾ ਹੈ ਸੋ ਉਹਨਾਂ ਨੇ ਇਹ ਵਾਲਾ ਫੈਸਲਾ ਕੀਤਾ ਹੈ ਜੋ ਹੁਣ ਤੱਕ ਕੋਈ ਵੀ ਸੀਐਮ ਨਹੀਂ ਕਰ ਸਕਿਆ ਹੈ ਸੋ ਦੋਸਤੋ ਵੀ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਅੱਜ ਇਸ ਵੀਡੀਓ ਦੇ ਰਾਹੀਂ ਦਵਾਂਗੇ ਸੋ ਦੋਸਤੋ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਭ ਦੇ ਨਾਲ ਸ਼ੇਅਰ ਕਰਨਾ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਸੋ ਆਓ ਦੋਸਤੋ ਹੁਣ ਅਸੀਂ ਆਪਣੀ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੋ ਦੋਸਤੋ ਸਾਡੇ ਨਵੇਂ ਬਣੇ ਮੁੱਖ ਮੰਤਰੀ ਕੀ ਪਗਵੰਤ ਮਾਣ ਜੀ ਨੇ ਆਉਂਦਿਆਂ ਨੇ ਹੀ ਬਹੁਤ ਹੀ ਵੱਡਾ ਫੈਸਲਾ ਲੈ ਲਿਆ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਸਾਡੇ ਪੁਰਾਣੇ ਵਿਧਾਇਕ ਹਨ ਉਹ ਜਿੰਨੀ ਵਾਰੀ ਵਿਧਾਇਕ ਬਣਦੇ ਹਨ ਉਹਨਾਂ ਨੂੰ ਓਨੀ ਵਾਰ ਹੀ ਪੈਨਸ਼ਨ ਲੱਗਦੀ ਹੈ ਪਰ ਦੋਸਤੋ ਹੁਣੇ ਐਲਾਨ ਕੀਤਾ ਗਿਆ ਹੈ ਕਿ ਬੰਦ ਕੀਤੀਆਂ ਜਾਣਗੀਆਂ ਵਾਧੂ ਪੈਨਸ਼ਨਾਂ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਚ ਰਹਿੰਦੇ ਹੋਏ ਇਹ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਦੀ ਸਰਕਾਰ ਆਉਣ ਤੇ ਇੱਕ ਤੋਂ ਜ਼ਿਆਦਾ ਪੈਨਸ਼ਨਾਂ ਨੂੰ ਬੰਦ ਕੀਤਾ ਜਾਵੇਗਾ ਪੰਜਾਬ ਵਿੱਚ ਇੱਕ ਸਾਬਕਾ ਵਿਧਾਇਕ ਇੱਕ ਪੈਨਸ਼ਨ ਕੰਦਾ ਫਾਰਮੂਲਾ ਲਾਗੂ ਕੀਤਾ ਜਾਏਗਾ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚਿਮਾ ਨੇ 10 ਤੋਂ ਜ਼ਿਆਦਾ ਵਿਧਾਇਕਾਂ ਦੇ ਦਸਤਖਤ ਕਰਦੇ ਹੋਏ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੂੰ ਲਿਖਤੀ ਚ ਮੰਗ ਪੱਤਰ ਵੀ ਦਿੱਤਾ ਹੈ ਪਰ ਕਾਂਗਰਸ ਸਰਕਾਰ ਵੱਲੋਂ ਇਸ ਮਾਮਲੇ ਤੇ ਕੁਝ ਵੀ ਨਹੀਂ ਕੀਤਾ ਗਿਆ ਸੀ ਸੋ ਦੋਸਤੋ ਹੁਣ ਇਹ ਫੈਸਲਾ ਲਿਆ ਜਾਵੇਗਾ ਕਿ ਇੱਕ ਵਿਧਾਇਕ ਨੂੰ ਸਿਰਫ ਇੱਕ ਹੀ ਪੈਨਸ਼ਨ ਲੱਗੇਗੀ ਜੋ ਕਿ ਬਹੁਤ ਵਧੀਆ ਗੱਲ ਹੈ ਸੋ ਦੋਸਤੋ ਦੂਜਾ ਫੈਸਲਾ ਇਹ ਲਿਆ ਗਿਆ ਹੈ ਕਿ ਜੋ ਸਾਡੇ ਪ੍ਰਾਣੇ ਵਿਧਾਇਕ ਹਨ ਜੋ ਹੁਣ ਵਿਧਾਇਕ ਨਹੀਂ ਰਹੇ ਹਨ ਉਹਨਾਂ ਦੀ ਜੋ ਸਿਕਿਉਰਿਟੀ ਹੈ ਉਸ ਨੂੰ ਵਾਪਸ ਲਿਆ ਗਿਆ ਹੈ ਜੋ ਸਾਡੇ ਫਾਰਮਰ ਮਨਿਸਟਰ ਹਨ ਅਤੇ ਫਾਰਮਰ ਐਮਐਲਏ ਹਨ ਉਹਨਾਂ ਦੀ ਜੋ ਸਿਕਿਉਰਿਟੀ ਹੈ ਉਸ ਨੂੰ ਭਗਵੰਤ ਮਾਨ ਜੀ ਨੇ ਵਾਪਸ ਲੈ ਲਿਆ ਹੈ ਅਤੇ ਜੋ ਨਵੇਂ ਚੁਣੇ ਹੋਏ ਵਿਧਾਇਕ ਹਨ ਉਹਨਾਂ ਦੀ ਸਿਕਿਉਰਿਟੀ ਦੀ ਗੱਲਬਾਤ ਵੀ ਹਲੀ ਕੀਤੀ ਜਾ ਰਹੀ ਹੈ ਕਿ ਦਿੱਤੀ ਜਾਣੀ ਹੈ ਕਿ ਨਹੀਂ ਸੋ ਦੋਸਤੋ ਸੀਐਮ ਬਣਦੇ ਹੀ ਭਗਵੰਤ ਮਾਨ ਜੀ ਨੇ ਬਹੁਤ ਹੀ ਵਧੀਆ ਤੇ ਵੱਡੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ ਸੋ ਦੋਸਤੋ ਇਸ ਨੂੰ ਬਾਤੋ ਬਾਤ ਸਭ ਦੇ ਨਾਲ ਸ਼ੇਅਰ ਜ਼ਰੂਰ ਕਰਦੇ ਨਾ ਅਤੇ ਹੋਰ ਅਪਡੇਟਸ ਲੈਣ ਦੇ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਦੋਸਤੋ